ਮਿਲਣਾ ਸਾਹਿਬਾਂ ਦਾ ਬੱਕੀ ਸ਼ਿੰਗਾਰ ਕੇ ਮਿਰਜ਼ਾ ਘਰੋਂ ਜਾਣ ਲੱਗਦਾ ਹੈ। ਮਿਰਜ਼ੇ ਦਾ ਬਾਪ ਜੱਟ ਮੰਜਣ ਕੀ ਕਹਿੰਦਾ, ਮਿਰਜ਼ੇ ਦੀ ਮਾਂ ਕੀ ਕਹਿੰਦੀ ਹੈ? ਉਸ ਤੋਂ ਪਹਿਲਾਂ ਇੱਕ ਨਵੀਂ ਗੱਲ ਸੁਣਾਉਣ ਲੱਗੀ ਆ। ਕੁਝ ਦਿਨ ਹੋਏ ਪਾਕਿਸਤਾਨ ਵਾਲਿਆਂ ਦੀ ਇੱਕ ਉਰਦੂ ਦੀ ਚਿੱਠੀ ਜਦ ਰੇਡੀਓ ਸਟੇਸ਼ਨ ਆਈ, ਰੇਡੀਓ ਸਟੇਸ਼ਨ ਚਿੱਠੀ ਮੇਰੇ ਕੋਲ ਪਹੁੰਚੀ, ਉਰਦੂ ਵੀ ਚਿੱਠੀ ਮੈਂ ਦੇਖੀ। ਮੈਂ ਕਹਿੰਦਾ ਪਾਪਾ ਪਾਕਿਸਤਾਨ ਤੋਂ ਹੈ, ਇਹ ਚਿੱਠੀ ਲਿਖਣ ਵਾਲਾ ਪਾਕਿਸਤਾਨ ਤੋਂ ਮੈਨੂੰ ਕੌਣ ਹੋ ਸਕਦਾ? ਮੈਂ ਚਿੱਠੀ ਪੜ੍ਹੀ, ਉੱਥੋਂ ਪਾਕਿਸਤਾਨ ਦਾ ਇੱਕ ਕਵੀ ਹੈ, ਸ਼ਾਇਰ ਹੈ ਪੰਜਾਬੀ ਦਾ, ਉਹਨੇ ਲਿਖਿਆ ਕਿ ਜਗਮੋਹਨ ਕੌਰ ਤੇਰਾ ਮਿਰਜ਼ਾ ਸਾਹਿਬਾਂ ਪਾਕਿਸਤਾਨ ਵਿੱਚ ਅੰਮ੍ਰਿਤਸਰ ਟੈਲੀਵਿਜ਼ਨ ਤੋਂ ਸੁਣਿਆ, ਅਸੀਂ ਬੜੇ, ਮੈਂ ਮੇਰੀ ਬੇਗਮ ਮੇਰੇ ਸਾਰੇ ਪਿੰਡ ਦੇ ਸੁਣਿਆ, ਬੜਾ ਪਸੰਦ ਕੀਤਾ, ਤੂੰ ਪੰਜਾਬੀ ਆਰਟਿਸਟ ਹੈ, ਮੈਂ ਪੰਜਾਬ ਦਾ ਇਧਰ ਪਾਕਿਸਤਾਨ ਦਾ ਸ਼ਾਇਰ ਹਾਂ, ਮੈਂ ਤੈਨੂੰ ਮਿਰਜ਼ਾ ਲਿਖ ਕੇ ਛੱਡ ਰਿਹਾ, ਮੈਂ ਚਾਹੁੰਦਾ ਕਿ ਤੇਰੀ ਜ਼ੁਬਾਨ ਦੇ ਵਿੱਚ ਹਿੰਦੁਸਤਾਨ 'ਚ ਰਿਕਾਰਡ ਹੋਵੇ। ਸੋ ਉਹ ਸ਼ਾਇਰ ਨੇ ਸਾਹਿਬਾਂ ਦੇ ਹੁਸਨ ਦੀ ਤਾਰੀਫ ਕੀਤੀ ਹੈ, ਸਾਹਿਬਾਂ ਦੀ ਖੂਬਸੂਰਤੀ ਬਾਰੇ ਦੱਸਿਆ ਵੀ ਕਿੰਨੀ ਖੂਬਸੂਰਤ ਸੀ, ਚਾਰ ਲਾਈਨਾਂ ਮੈਂ ਤੁਹਾਡੇ ਲਈ ਯਾਦ ਕੀਤੀਆਂ ਸੀ, ਸੋ ਮੈਂ ਤੁਹਾਨੂੰ ਪਹਿਲਾਂ ਉਹ ਸੁਣਾਉਣ ਲੱਗੀ ਹਾਂ, ਫਿਰ ਮੈਨੂੰ ਕੀ ਲਿਖ ਕੇ ਭੇਜੋ। ਸੀਨੇ ਲੱਤ ਆਪਸ ਮਾਨੀ ਚਾੜ ਕੇ
ਜੀਵਦੇ ਹੁਜਰੇ ਸ਼ਾਮ ਜੀਵਦੇ ਇੱਕ ਜੱਟੀ ਅਰਜ਼ ਕਰੇ ਇਸੇ ਗੱਲ ਨੂੰ ਹੋਰ ਸ਼ਾਇਦ ਹੋਰ ਤਾਂ ਲਿਖਦਾ ਉਹ ਕਹਿੰਦਾ ਉਹ ਕੁੱਤੀ ਮਰ ਜੇ ਗਵਾਂਢੇ ਤੇਰੀ ਨੀ ਸੀਨੇ ਮੇਰਾ ਯਾਰ ਮੋੜਿਆ ਡਰਨ ਵਾਲੀ ਗੱਲ ਨੀ ਕਿਉਂ ਮਿਰਜਾ ਵੱਜਦਾ ਫਿਰਦਾ ਕਦੇ ਕੰਧਾਂ ਚ।